ਦੇਖੋ ਜੀ, ਪਹਿਲਾਂ 2014 'ਚ ਆਇਆ ਸੀਗਾ, ਆਮ ਆਦਮੀ ਪਾਰਟੀ ਦੀ ਸਰਕਾਰ ਸੀ, ਉਸ ਟਾਈਮ ਐਮ ਪੀ ਬਣੇ ਸੀਗੇ, ਇਹ ਆਪਣੀ ਪਾਰਟੀ ਦੇ ਵਫ਼ਾਦਾਰ ਨਹੀਂ ਹੋਏ। ਉਸ ਤੋਂ ਬਾਅਦ ਇਹ ਲੋਕਾਂ ਨਾਲ ਵਿਚਰੇ ਨਹੀਂ। ਉਸ ਤੋਂ ਬਾਅਦ ਜੇ 10 ਸਾਲ ਬਾਅਦ ਮੂੰਹ ਚੱਕ ਕੇ ਆ ਜਾਵੇਗੇ, ਫਿਰ ਤਾਂ ਅਸੀਂ ਇਨਕਾਰ ਕਰਾਂਗੇ। ਤੁਸੀਂ ਪਟਿਆਲਾ ਕੀ, ਤੁਸੀਂ ਓਵਰਆਲ ਦੇਖੋ ਕਾਂਗਰਸ ਦਾ ਕਿਤੇ ਵੀ ਜਿਹੜਾ ਕਿ ਵਜੂਦ ਹੈ ਉਹ ਕਿਸੇ ਪਾਸੇ ਸਹੀ ਨਹੀਂ ਹੈ। ਕਾਂਗਰਸ ਪਾਰਟੀ ਜਾਣ ਕਰਕੇ ਨੁਕਸਾਨ ਹੋਏਗਾ, ਨੁਕਸਾਨ ਹੋਊਗਾ। ਹਾਂ, ਕਿਉਂਕਿ ਉਹ ਪਹਿਲਾਂ ਹੀ ਬਦਨਾਮ ਹੈ, ਕਿਉਂਕਿ ਹਾਰ ਚੁੱਕੀ ਹੈ, ਕਿੰਨੇ ਬੇਈਮਾਨੀ ਠੱਗੀ ਏਰਾ ਫੇਰੇ ਕਰ ਕਰਕੇ ਉਹਨਾਂ ਨੇ ਕੀ ਲਏ ਦੇਸ਼ ਦਾ, ਪੰਜਾਬ ਨੂੰ ਥੱਲੇ ਲਾ ਤਾ ਬਿਲਕੁਲ। ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ, ਆਪਸੀ ਪਾਲੇ ਬਦਲ ਦੀ ਖੇਡ ਵੀ ਸ਼ੁਰੂ ਹੋ ਚੁੱਕੀ ਹੈ। ਇੱਕ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ਦੇ ਵਿੱਚ ਲੀਡਰ ਆ ਜਾ ਰਹੇ ਨੇ। ਅਤੇ ਗੱਲ ਕਰੀਏ ਪਟਿਆਲਾ ਦੀ, ਤਾਂ ਪਟਿਆਲਾ ਤੋਂ ਸਾਬਕਾ ਲੋਕ ਸਭਾ ਸੰਸਦ ਨੇ ਜਿਹੜੇ ਡਾਕਟਰ ਧਰਮਵੀਰ ਗਾਂਧੀ, 2014 ਦੇ ਵਿੱਚ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਤੋਂ ਟਿਕਟ ਲੈ ਕੇ ਚੋਣ ਲੜੀ ਸੀ, ਉਹ ਅੱਜ ਕਾਂਗਰਸ 'ਚ ਸ਼ਾਮਲ ਹੋ ਸਕਦੇ ਨੇ ਅਤੇ ਹੋ ਚੁੱਕੇ ਨੇ। ਅਤੇ ਉਸ ਤੋਂ ਬਾਅਦ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਉਹਨਾਂ ਨੂੰ ਪਟਿਆਲਾ ਤੋਂ ਲੋਕ ਸਭਾ ਦੀ ਸੀਟ ਵੀ ਕਾਂਗਰਸ ਪਾਰਟੀ ਵੱਲੋਂ ਮਿਲ ਸਕਦੀ ਹੈ। ਮੈਂ ਇਸ ਵੇਲੇ ਪਟਿਆਲਾ ਦੇ ਸ਼ੇਰਾਂਵਾਲਾ ਗੇਟ ਦੇ ਵਿੱਚ ਮੌਜੂਦ ਹਾਂ। ਪੂਰੀ ਰੌਣਕ ਲੱਗੀ ਹੋਈ ਹੈ, ਉਹ ਜਗ੍ਹਾ ਜਿੱਥੇ ਕਿ ਪਟਿਆਲੇ ਦੇ ਆਮ ਸ਼ਹਿਰੀ ਰਾਜਨੀਤਿਕ ਗੱਲਾਂ ਕਰਨ ਵਾਲੇ, ਵਿਚਾਰ ਵਟਾਂਦਰੇ ਕਰਨ ਵਾਲੇ ਲੋਕ ਜੁੜਦੇ ਨੇ, ਅਤੇ ਮੀਡੀਆ ਕਰਮੀ ਇੱਥੇ ਪ੍ਰੈਸ ਕਲੱਬ ਤੋਂ ਆ ਕੇ, ਜਿਹੜੇ ਕਈ ਮੀਡੀਆ ਕਰਮਚਾਰੀ ਨੇ, ਰਿਪੋਰਟਰਸ ਨੇ, ਉਹ ਵੀ ਆਉਂਦੇ ਨੇ, ਆਮ ਲੋਕਾਂ ਨਾਲ ਵੀ ਗੱਲ ਕਰ ਲੈਂਦੇ ਆ ਇਸ ਮਾਮਲੇ ਦੇ ਉੱਤੇ। ਸਰ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਰੋਹਿਤ ਜਲੋਟਾ ਜੀ। ਰੋਹਿਤ, ਅੱਜ ਡਾਕਟਰ ਧਰਮਵੀਰ ਗਾਂਧੀ ਕਾਂਗਰਸ ਪਾਰਟੀ ਸ਼ਾਮਲ ਹੋ ਗਈ, ਕਿ ਸ਼ਹਿਰੀ ਹੋਣ ਦੇ ਨਾਤੇ ਤੁਸੀਂ ਪਹਿਲਾਂ ਵੀ ਪਟਿਆਲੇ ਨੇ ਜਿੱਤਾ ਐਸੇ ਨੂੰ ਹੁਣ ਕੀ ਸੋਚਦੇ ਹੋ? ਦੇਖੋ ਜੀ, ਪਹਿਲਾਂ 2014 ਜਿੱਤਾ ਆਇਆ ਸੀਗਾ, ਆਮ ਆਦਮੀ ਪਾਰਟੀ ਦੀ ਸਰਕਾਰ ਸੀ, ਉਸ ਟਾਈਮ ਐਮ ਪੀ ਬਣੇ ਸੀਗੇ, ਇਹ ਆਪਣੀ ਪਾਰਟੀ ਦੇ ਵਫ਼ਾਦਾਰ ਨਹੀਂ ਹੋਏ, ਤਾਂ ਫਿਰ ਦੂਜੀ ਪਾਰਟੀ 'ਚ ਹੁਣ ਆ ਗਏ ਇਹ। ਉਸ ਤੋਂ ਬਾਅਦ ਇਹ ਲੋਕਾਂ ਨਾਲ ਵਿਚਰੇ ਨਹੀਂ। ਉਸ ਤੋਂ ਬਾਅਦ ਜੇ 10 ਸਾਲ ਬਾਅਦ ਮੂੰਹ ਚੱਕ ਕੇ ਆ ਜਾਵੇਗੇ, ਫਿਰ ਤਾਂ ਅਸੀਂ ਇਨਕਾਰ ਕਰਾਂਗੇ। ਇਨਕਾਰ ਕਰੋਗੇ? ਹਾਂਜੀ ਹਾਂਜੀ, ਇਨਕਾਰ ਕਰਾਂਗੇ। ਹਾਂ ਨਹੀਂ, ਕਹਿੰਦੇ ਪ੍ਰੋਜੈਕਟ ਬੜੇ ਲੈ ਕੇ ਆਏ ਸੀ ਡਾਕਟਰ ਸਾਹਿਬ, ਪਰ ਉਹ ਤੋਂ ਬਾਅਦ ਲੋਕਾਂ ਨੇ ਸਹਿਯੋਗ ਨਹੀਂ ਦਿੱਤਾ। ਪ੍ਰਨੀਤ ਕੌਰ ਨੂੰ ਜਿੱਤਿਆ ਤਾ 2019 'ਚ। ਨਹੀਂ, ਪ੍ਰੋਜੈਕਟ ਦਾ ਜਿਹੜੇ ਪੁਰਾਣੇ ਪਾਸ ਸੀਗੇ, ਇੱਕ ਜਿਵੇਂ ਸੈਂਟਰ ਦਾ ਕੋਈ ਵੀ ਪ੍ਰੋਜੈਕਟ ਹੁੰਦਾ, ਮੌਜੂਦਾ ਐਮ ਪੀ ਜਿਹੜੀ ਮਰਜ਼ੀ ਪਾਰਟੀ ਦਾ ਹੋਵੇ ਉਹਨੂੰ ਆਉਣਾ ਪੈਂਦਾ ਅੱਗੇ, ਇਸ ਕਰਕੇ ਵੀ ਇਹਨਾਂ ਦੇ ਪ੍ਰੋਜੈਕਟ ਨਾਮ ਆਪਣਾ ਕਰ ਲਿਆ। ਬਾਕੀ ਜਿਹੜੇ ਪ੍ਰੋਜੈਕਟ ਪੁਰਾਣੀ ਸਰਕਾਰ ਨੇ ਪਾਸ ਕੀਤੇ ਹੋਏ ਸੀਗੇ। ਅੱਛਾ, ਹੋਰ ਕੁਛ ਨਹੀਂ ਹੋਇਆ? ਹੋਰ ਕੁਛ ਨਹੀਂ ਹੋਇਆ ਜੀ, ਉਹ ਲੋਕਾਂ 'ਚ ਆਏ ਨਹੀਂ ਇਹ ਆ, ਫੰਡ ਇਹਨਾਂ ਦਿੱਤੇ ਆ, ਸਾਨੂੰ ਪਤਾ ਵੀ ਇਹਨਾਂ ਨੇ ਫੰਡ ਆਪਣੇ ਯੂਜ਼ ਕੀਤੇ ਆ, ਮਗਰ ਇਹ ਲੋਕਾਂ 'ਚ ਵਿਚਰੇ ਨਹੀਂ, ਕਿਉਂਕਿ ਲੋਕ ਜੇ ਲੀਡਰ ਤਾਂ ਉਹੀ ਹੈ ਜਿਹੜਾ ਲੋਕਾਂ 'ਚ ਵਿਚਰੇਗਾ, ਆਏਗਾ ਜਾਏਗਾ, ਕਿਸੇ ਮੈਂ ਦੁੱਖ ਸੁੱਖ। ਹੋਰ ਕੋਈ ਲੀਡਰ ਆਉਂਦਾ ਰਿਹਾ ਇੱਥੇ? ਹਾਂਜੀ, ਮਹਾਰਾਣੀ ਸਾਹਿਬ ਆਉਂਦੇ ਰਹਿੰਦੇ ਆ ਜੀ, ਬਹੁਤ ਬਿਲਕੁਲ ਆਉਂਦੇ, ਸਾਰੇ ਕਿੱਥੇ ਆਉਂਦੇ ਜੀ? ਇਹ ਨਹੀਂ ਆਏ, ਇਹ ਨਹੀਂ ਆਏ, ਬਾਕੀ ਅਕਾਲੀ ਦਲ ਦੇ ਵੀ ਆਉਂਦੇ ਰਹਿੰਦੇ, ਸਾਰੀ ਪਾਰਟੀ ਦੇ ਆਉਂਦੇ ਆ, ਮਗਰ ਡਾਕਟਰ ਗਾਂਧੀ ਅੱਜ ਤੱਕ ਨਹੀਂ ਆਏ। ਬਿਲਕੁਲ, ਕਹਿੰਦੇ ਜੀ ਡਾਕਟਰ ਜਿਹੜੇ ਗਾਂਧੀ ਨੇ ਉਹ ਇੱਥੇ ਨਹੀਂ ਆਏ, ਹੋਰ ਲੋਕਾਂ ਨਾਲ ਵੀ ਗੱਲ ਕਰਾਂਗੇ। ਇੱਥੇ ਸ਼ਹਿਰੀ ਖੜੇ ਨੇ, ਸਰ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਜਸਵਿੰਦਰ ਸੈਂਡੀ ਜੀ। ਜਸਵਿੰਦਰ ਜੀ, ਡਾਕਟਰ ਧਰਮਵੀਰ ਗਾਂਧੀ ਪਾਰਟੀ 'ਚ ਚਲੇ ਗਏ ਨੇ ਕਾਂਗਰਸ 'ਚ, ਕੀ ਸੋਚਦੇ ਹੋ? ਜੀ ਬਿਲਕੁਲ, ਕਾਂਗਰਸ ਪਾਰਟੀ ਧਰਮਵੀਰ ਗਾਂਧੀ ਦੇ ਆਉਣ ਨਾਲ ਕਿਤੇ ਨਾ ਕਿਤੇ ਬੜਾ ਵਧੀਆ ਜਿਹੜਾ ਕੀ ਹੈ ਕਾਂਗਰਸ ਪਾਰਟੀ ਨੂੰ ਇੱਕ ਅੱਛਾ ਮੌਕਾ ਮਿਲੇਗਾ ਪਟਿਆਲਾ ਸ਼ਹਿਰ, ਕਿਉਂਕਿ ਜਿਹੜੇ ਡਾਕਟਰ ਗਾਂਧੀ ਨੇ ਬੜੇ ਹੀ ਸਾਫ਼ ਅਕਸ਼ ਦੇ ਬੰਦੇ ਨੇ, ਕਿਉਂਕਿ ਪਟਿਆਲੇ ਵਾਸਤੇ ਪਹਿਲਾਂ ਵੀ ਜੋ 2014 'ਚ ਆਮ ਆਦਮੀ ਪਾਰਟੀ ਵੱਲੋਂ ਆਏ ਸੀ ਤਾਂ ਉਹਨਾਂ ਨੇ ਪਟਿਆਲੇ ਵਾਸਤੇ ਕਈ ਕੰਮ ਕਰਾਏ ਨੇ, ਜਿਨ੍ਹਾਂ ਵਿੱਚੋਂ ਸਭ ਤੋਂ ਵੱਡਾ ਕੰਮ ਹੈ ਜਿਹੜਾ ਰੇਲਵੇ ਲਾਈਨ ਨੂੰ ਡਬਲ ਟਰੈਕ ਕਰਾਇਆ ਗਿਆ, ਇਹ ਵੀ ਉਹਨਾਂ ਦੇ ਲਿਆਉਂਦਾ ਇੱਕ ਪ੍ਰੋਜੈਕਟ ਆ, ਤਾਂ ਉਹਨਾਂ ਦੇ ਕਈ ਪ੍ਰੋਜੈਕਟ ਇਹੋ ਜਿਹੇ ਲਿਆਉਂਦੇ ਹੋਏ ਨੇ ਪਟਿਆਲੇ ਵਾਸਤੇ ਸਪੈਸ਼ਲ ਕਰਕੇ, ਕਿ ਜਿਹੜਾ ਕਿ ਉਹਨਾਂ ਨੂੰ ਕਿਤੇ ਨਾ ਕਿਤੇ ਉਪਲਬਧੀ ਵੱਲ ਦਿਖਦਾ ਦਿਖਾਈ ਦੇਗਾ, ਕਿਉਂਕਿ ਡਾਕਟਰ ਜਿਹੜੇ ਗਾਂਧੀ ਨੇ ਉਹਨਾਂ ਦਾ ਬੜਾ ਅੱਛਾ ਅਕਸ ਹੈ ਉਰੇ ਪਟਿਆਲੇ ਦੇ ਉੱਪਰ। ਸਰ, ਕਾਂਗਰਸ ਪਾਰਟੀ 'ਚ ਅਜੇ ਸ਼ਾਮਿਲ ਹੋਏ ਨੇ ਅਤੇ ਟਿਕਟ ਮਿਲ ਜਾਂਦੀ ਹੈ, ਆਪਾਂ ਹੁਣ ਟਿਕਟ ਦੀ ਗੱਲ ਕਰਦੇ ਕਿ ਜੇਕਰ ਕਾਂਗਰਸ ਪਾਰਟੀ ਵੱਲੋਂ ਟਿਕਟ ਮਿਲ ਜਾਂਦੀ ਹੈ ਤਾਂ ਕੀ ਲੱਗਦਾ ਕਿ ਜੀ ਇੱਕ ਦਿਨ ਪਹਿਲਾਂ ਇਹ ਲੋਕ ਕਹਿੰਦੇ ਹੁੰਦੇ ਸੀ ਕਿ ਜੀ ਆਮ ਆਦਮੀ ਪਾਰਟੀ ਇਹ ਗੱਲ ਕਰਦੀ ਹੈ ਕਿ ਸੁਸ਼ੀਲ ਰਿੰਕੂ
ਪਾਰਟੀ 'ਚ ਗਏ, ਟਿਕਟ ਮਿਲੀ, ਉਸ ਤੋਂ ਬਾਅਦ ਉਹਨਾਂ ਨੂੰ ਐਮ ਪੀ ਦੀ ਟਿਕਟ ਮਿਲ ਗਈ ਅਤੇ ਐਮ ਪੀ ਬਣ ਗਏ। ਹੁਣ ਤੁਹਾਨੂੰ ਨਹੀਂ ਲੱਗਦਾ ਵੀ ਡਾਕਟਰ ਧਰਮਵੀਰ ਗਾਂਧੀ ਨੂੰ ਇੱਕ ਦਿਨ ਪਹਿਲਾਂ ਟਿਕਟ ਮਿਲੀ ਅਤੇ ਕੱਲ੍ਹ ਨੂੰ ਅਨਾਊਂਸ ਹੋ ਗਈ? ਉਸ ਤਰੀਕੇ ਨਾਲ ਪਟਿਆਲਾ ਦਾ ਵੋਟਰ ਕੀ ਸੋਚਦਾ? ਸਰ ਪਟਿਆਲਾ ਦਾ ਵੋਟਰ ਬਿਲਕੁਲ ਸਹੀ ਸੋਚਦਾ, ਤੁਹਾਡੀ ਗੱਲ ਠੀਕ ਹੈ, ਜਿਹਨੂੰ ਆਪਾਂ ਕਹਿੰਦੇ ਪੈਰਾਸ਼ੂਟ ਰਾਹੀਂ ਆਇਆ ਗਿਆ ਕੈਂਡੀਡੇਟ ਹੈ, ਪਰ ਪੈਰਾਸ਼ੂਟ ਰਾਹੀਂ ਆਇਆ ਗਿਆ ਕੈਂਡੀਡੇਟ ਹੈ ਡਾਕਟਰ ਧਰਮਵੀਰ ਗਾਂਧੀ, ਜਿਹੜਾ ਨਹੀਂ ਹੈ, ਕਿਉਂਕਿ ਡਾਕਟਰ ਧਰਮਵੀਰ ਗਾਂਧੀ ਨੇ ਪਟਿਆਲੇ ਵਾਸਤੇ ਬਹੁਤ ਕਰ ਹਾਂ ਤੁਹਾਡੀ ਇਹ ਗੱਲ ਕਹਿਣੀ ਕਿ ਕੀ ਸੋਚਣਗੇ, ਕਿਉਂਕਿ ਪਟਿਆਲੇ ਦੇ ਵਿੱਚ ਤੁਸੀਂ ਪਟਿਆਲਾ ਕੀ ਤੁਸੀਂ ਓਵਰਆਲ ਦੇਖੋ ਕਾਂਗਰਸ ਦਾ ਕਿਤੇ ਵੀ ਜਿਹੜਾ ਕਿ ਵਜੂਦ ਹੈ ਉਹ ਕਿਸੇ ਪਾਸੇ ਸਹੀ ਨਹੀਂ ਹੈ, ਪਰ ਡਾਕਟਰ ਧਰਮਵੀਰ ਗਾਂਧੀ ਦੇ ਪਟਿਆਲਾ ਟਿਕਟ ਮਿਲਣ ਕਰਕੇ ਕਿਤੇ ਨਾ ਕਿਤੇ ਇਹ ਇੱਕ ਵਧੀਆ ਜਿਹੜਾ ਕੀ ਹੈ, ਚਾਹੇ ਉਹ ਮਹਾਰਾਣੀ ਪ੍ਰਨੀਤ ਕੌਰ ਨੇ ਜਾਂ ਡਾਕਟਰ ਬਲਬੀਰ ਸਿੰਘ ਆਮ ਆਦਮੀ ਪਾਰਟੀ ਨੂੰ, ਉਹਨਾਂ ਨੂੰ ਚੰਗਾ ਇੱਕ ਚੁਣੌਤੀ ਦਿੰਦੇ ਦਿਖਾਈ ਦੇਣਗੇ ਡਾਕਟਰ ਧਰਮਵੀਰ ਗਾਂਧੀ ਕਾਂਗਰਸ ਦੇ ਆਉਣ ਕਰਕੇ। ਜਿਹੜੀ ਤੁਸੀਂ ਇਹ ਕਹਿਣਾ ਕਿ ਪੈਰਾਸ਼ੂਟ ਰਾਹੀਂ ਆਏ ਗਏ ਨੇ, ਤਾਂ ਉਰੇ ਕਾਂਗਰਸ ਦਾ ਕੈਂਡੀਡੇਟ ਹੈ ਕਿਹੜਾ ਸੀ ਪਟਿਆਲੇ ਦੇ ਵਿੱਚ ਜੀ? ਨਵਜੋਤ ਸਿੰਘ ਸਿੱਧੂ ਤੋਂ ਲੈ ਕੇ ਤੋਂ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਇਹੋ ਜਿਹਾ ਕੈਂਡੀਡੇਟ ਨਹੀਂ ਸੀ ਜਿਹੜਾ ਕਿ ਆਪਣੇ ਅਕਸ਼ ਨੂੰ ਸਾਫ਼ ਰੱਖਦੇ ਹੋਏ ਕਾਂਗਰਸ ਦਾ ਪੱਲਾ ਫੜ ਕੇ ਕਾਂਗਰਸ ਨੂੰ ਉੱਪਰ ਤੱਕ ਲੈ ਕੇ ਜਾ ਸਕੇ। ਸੋ ਡਾਕਟਰ ਧਰਮਵੀਰ ਗਾਂਧੀ 'ਤੇ ਇਹ ਪੂਰਾ ਲਗਾਇਆ ਜਾ ਸਕਦਾ, ਆਸ ਲਗਾਈ ਜਾ ਸਕਦੀ ਹੈ ਕਿ ਡਾਕਟਰ ਧਰਮਵੀਰ ਗਾਂਧੀ ਇਸ ਪਟਿਆਲੇ ਦੀ ਸੀਟ ਨੂੰ ਅੱਗੇ ਤੱਕ ਲੈ ਕੇ ਜਾਣਗੇ ਕਾਂਗਰਸ ਦੇ ਵੱਲੋਂ। ਸੋ ਤੁਸੀਂ ਦੇਖਿਆ ਕਹਿੰਦੇ ਜੀ ਪਟਿਆਲੇ ਦੇ ਜਿਹੜੇ ਲੋਕ ਨੇ ਡਾਕਟਰ ਧਰਮਵੀਰ ਗਾਂਧੀ ਨੂੰ ਅੱਗੇ ਲੈ ਕੇ ਜਾ ਸਕਦੇ ਨੇ। ਦੇਖੋ ਅਸੀਂ ਹੋਰ ਲੋਕਾਂ ਨਾਲ ਇੱਥੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੀ ਕਿਸ ਤਰ੍ਹਾਂ ਦੀ ਸੋਚ ਹੈ। ਤੁਸੀਂ ਦੇਖੋ ਕਿ ਅਸੀਂ ਬਾਜ਼ਾਰ 'ਚ ਮੌਜੂਦ ਹਾਂ, ਇੱਕ ਹੋਰ ਅੰਕਲ ਜੀ ਖੜ੍ਹੇ ਨੇ, ਸਰਦਾਰ ਜੀ। ਅੰਕਲ ਤੁਸੀਂ ਪਟਿਆਲੇ ਦੇ ਵੋਟਰ ਹੋ? ਹਾਂਜੀ। ਡਾਕਟਰ ਧਰਮਵੀਰ ਗਾਂਧੀ ਜੀ ਕਾਂਗਰਸ ਪਾਰਟੀ 'ਚ ਸ਼ਾਮਿਲ ਹੋ ਗਏ, ਇੱਕ ਵੋਟਰ ਹੋਣ ਦੇ ਨਾਤੇ ਕੀ ਲੱਗਦਾ ਕਾਂਗਰਸ ਪਾਰਟੀ ਜੇ ਜੀ? ਜੇ ਤਾਂ ਕਾਂਗਰਸ ਪਾਰਟੀ ਸ਼ਾਮਿਲ ਆਜ਼ਾਦ ਹੁੰਦਾ ਤਾਂ ਇਹ ਜਿੱਤ ਸਕਦਾ। ਠੀਕ ਹੈ, ਕਾਂਗਰਸ ਪਾਰਟੀ ਜਾਣ ਕਰਕੇ ਨੁਕਸਾਨ ਹੋਏਗਾ। ਨੁਕਸਾਨ ਹੋਊਗਾ? ਹਾਂ, ਕਿਉਂਕਿ ਉਹ ਪਹਿਲਾਂ ਹੀ ਬਦਨਾਮ ਹੈ, ਕਾਂਗਰਸ ਪਾਰਟੀ ਬਦਨਾਮ ਹੈ। ਹਾਂ, ਕਿਉਂਕਿ ਹਾਰ ਚੁੱਕੀ ਹੈ, ਕਿੰਨੇ ਬੇਈਮਾਨੀ ਠੱਗੀ ਏਰਾ ਫੇਰਿਆ ਕਰ ਕਰਕੇ ਉਹਨਾਂ ਨੇ ਕੀ ਲਏ ਦੇਸ਼ ਦਾ, ਪੰਜਾਬ ਨੂੰ ਥੱਲੇ ਲਾਤਾ ਬਿਲਕੁਲ। ਅਕਾਲੀ ਦਲ ਔਰ ਇਹ ਦੋਨਾਂ ਨਹੀਂ ਰਲ ਰੱਖੇ ਬਿਲਕੁਲ। ਕਹਿੰਦੇ ਜਿਹੜੇ ਅੰਕਲ ਜੀ ਨੇ ਕਹਿੰਦੇ ਨਹੀਂ ਮਾੜੀ ਗੱਲ ਕੀਤੀ ਹੈ, ਜੇਕਰ ਆਜ਼ਾਦ ਚੋਣ ਲੜਦਾ ਤਾਂ ਅਸੀਂ ਉਹਨਾਂ ਨੂੰ ਇਹ ਗੱਲ ਕਰ ਦਿੰਦੇ ਹਾਂ। ਤੁਸੀਂ ਦੇਖੋ ਕਿ ਹੋਰ ਜਿਹੜੇ ਲੋਕ ਜਾ ਰਹੇ ਨੇ ਉਹਨਾਂ ਨਾਲ ਵੀ ਗੱਲ ਕਰ ਲੈਂਦੇ ਹਾਂ, ਇੱਕ ਭਾਈ ਸਾਹਿਬ ਰੁਕੇ ਨੇ ਉਹਨਾਂ ਨਾਲ ਗੱਲ ਕਰਦੇ ਹਾਂ। ਸਰ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਕਮਲਜੀਤ ਸਿੰਘ ਜੀ। ਹਾਂਜੀ ਕਮਲਜੀਤ ਜੀ, ਅੱਜ ਡਾਕਟਰ ਧਰਮਵੀਰ ਗਾਂਧੀ ਕਾਂਗਰਸ 'ਚ ਸ਼ਾਮਿਲ ਹੋ ਗਏ, ਪਟਿਆਲਾ ਦੇ ਤੁਸੀਂ ਵੋਟਰ ਹੋ, ਸੁਲਝੇ ਹੋਏ ਇਨਸਾਨ ਹੋ, ਸਰ ਕੀ ਸੋਚਦੇ ਹੋ ਕਾਂਗਰਸ ਪਾਰਟੀ ਜੇਕਰ ਟਿਕਟ ਦਿੰਦੀ ਹੈ ਤਾਂ ਡਾਕਟਰ ਗਾਂਧੀ ਨੂੰ ਜਾਂ ਟਿਕਟ ਦੇਣ ਤੋਂ ਬਾਅਦ ਇੱਕ ਪਟਿਆਲਾ ਦਾ ਜਿਹੜਾ ਵੋਟਰ ਹੈ ਉਹ ਕਿਸ ਤਰ੍ਹਾਂ ਸੋਚਦਾ? ਜਿਹੜੇ ਗਾਂਧੀ ਜੀ ਨੂੰ ਟਿਕਟ ਆਪ ਕਾਂਗਰਸ ਤੋਂ ਮਿਲ ਰਹੀ ਹੈ, ਠੀਕ ਹੈ, ਹਾਂ ਬਹੁਤ ਅੱਛੀ ਗੱਲ ਹੈ ਜੇ ਟਿਕਟ ਮਿਲੇਗੀ। ਉਹਨਾਂ ਨੇ ਇਹਦਾ ਡਿਵੈਲਪਮੈਂਟ ਬਹੁਤ ਜ਼ਿਆਦਾ ਕਰੀ ਆ, ਉਹਨਾਂ ਦਾ ਪਰਸਨਲ ਇੰਟਰਸਟ ਹੈ ਅਤੇ ਬੜੇ ਓਨੈਸਟ ਬੰਦੇ ਆ ਉਹ, ਅਤੇ ਉਹ ਤਾਂ ਈਵਨ ਮਰੀਜ਼ਾਂ ਨੂੰ ਆਪਣੇ ਹੋਰ ਫ੍ਰੀ ਦੇਖਦੇ ਸੀ ਅਤੇ ਡਬਲ ਲਾਈਨ ਵੀ ਉਹਨਾਂ ਨੇ ਬਣਵਾਈ ਸੀ, ਅਤੇ ਉਹ ਬਹੁਤ ਹੀ ਭਾਗ ਚੰਗੇ ਹੋਣਗੇ ਜੇ ਉਹ ਟਿਕਟ ਮਿਲ ਕੇ ਜੇ ਜਿੱਤ ਜਾਣ। ਕਮਲਜੀਤ ਜੀ, ਪਰ ਪਿਛਲੀ ਵਾਰੀ ਮਹਾਰਾਣੀ ਪ੍ਰਨੀਤ ਕੌਰ ਤੋਂ ਹਾਰ ਗਏ ਸੀਗੇ 2019 'ਚ, ਕੀ ਲੱਗਦਾ ਕਿਤੇ ਨਾ ਕਿਤੇ ਵੋਟਰ ਵੀ ਗਲਤੀ ਕਰ ਜਾਂਦੇ ਇਹ ਸੋਚਦੇ ਹੋ? ਹਾਂਜੀ ਕਰ ਜਾਂਦੇ, ਵੋਟਰ ਗਲਤੀ ਕਰ ਜਾਂਦੇ ਜੀ, ਕੋਈ ਪ੍ਰੈਸ਼ਰ ਪੈ ਜਾਂਦਾ ਜਿਵੇਂ ਮੇਰਾ ਦੋਸਤ ਹੈ ਮੈਨੂੰ ਕਿਹਾ ਯਾਰ ਤੂੰ ਉਸਨੂੰ ਜ਼ਰੂਰ ਪਾਉਣੀ ਹੈ, ਮੈਂ ਨਹੀਂ ਪਾਉਂਦਾ, ਪਾਉਣਾ ਚਾਹੁੰਦਾ ਪਰ ਫਿਰ ਵੀ ਪਾ ਦਿੰਦਾ, ਉਹ ਕਾਰਨ ਕਈ ਕਾਰਨ ਹੁੰਦੇ ਆ, ਬਟ ਉਹਨਾਂ ਦੀ ਰੈਪੂਟੇਸ਼ਨ ਬਹੁਤ ਅੱਛੀ ਹੈ। ਸੋ ਪਟਿਆਲਾ ਦੇ ਜਿਹੜੇ ਲੋਕਾਂ ਨਾਲ ਅਸੀਂ ਗੱਲ ਕੀਤੀ ਆ ਉਹਨਾਂ ਨੇ ਇਹੀ ਗੱਲ ਕਹੀ ਹੈ ਕਿ ਵਿਅਕਤੀ ਉਹ ਚਾਹੀਦਾ ਜਿਹੜਾ ਵਿਕਾਸ ਕਰੇ। ਕੁਝ ਨੇ ਕਿਹਾ ਡਾਕਟਰ ਗਾਂਧੀ ਨੇ ਵਿਕਾਸ ਕੀਤਾ, ਕੋਈ ਕਹਿੰਦੇ ਸਾਨੂੰ ਮਿਲੇ ਨਹੀਂ। ਸੋ ਕੁੱਲ ਮਿਲਾ ਕੇ ਅਲੱਗ ਅਲੱਗ ਰਾਵਾਂ ਨੇ ਲੋਕਾਂ ਦੀਆਂ। ਹਜੇ ਅਕਾਲੀ ਦਲ ਦੇ ਵੱਲੋਂ ਟਿਕਟ ਦਾ ਐਲਾਨ ਹੋਣਾ ਬਾਕੀ, ਅਕਾਲੀ ਦਲ ਦਾ ਕੌਣ ਉਮੀਦਵਾਰ ਹੈ ਬਾਅਦ ਦੀ ਗੱਲ ਹੈ, ਪਰ ਡਾਕਟਰ ਧਰਮਵੀਰ ਗਾਂਧੀ ਦੇ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਿਲ ਹੋਣਾ ਅਤੇ ਜੇਕਰ ਉਹਨਾਂ ਨੂੰ ਟਿਕਟ ਮਿਲਦੀ ਹੈ ਉਸ ਨੂੰ ਲੈ ਕੇ ਪਟਿਆਲਾ ਦੇ ਜਿਹੜੇ ਲੋਕ ਸਾਨੂੰ ਇੱਥੇ ਮਿਲੇ ਨੇ ਉਹਦੀ ਰਾਏ ਆ ਜਿਹੜੀ ਉਹ ਅਲੱਗ ਅਲੱਗ ਹੈ, ਅਤੇ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ ਕਿ ਅਕਾਲੀ ਦਲ ਨੂੰ
ਜਦੋਂ ਉਮੀਦਵਾਰ ਆਪਣਾ ਐਲਾਨ ਕਰਨਾ ਅਤੇ ਕਾਂਗਰਸ ਪਾਰਟੀ ਡਾਕਟਰ ਗਾਂਧੀ ਨੂੰ ਟਿਕਟ ਦਿੰਦੀ ਹੈ ਤਾਂ ਮੁਕਾਬਲਾ ਬੜਾ ਰੌਚਕ ਹੋਊਗਾ ਅਤੇ ਕਈ ਪਾਰਟੀ ਦੇ ਰੁੱਸੇ ਹੋਏ ਜਿਹੜੇ ਆਗੂ ਨੇ ਉੱਥੋਂ ਆਜ਼ਾਦ ਉਮੀਦ ਚੋਣ ਵੀ ਲੜ ਸਕਦੇ ਨੇ। ਪਟਿਆਲਾ ਤੋਂ ਮਨੋਜ ਸ਼ਰਮਾ, ਨਿਊਜ਼ 18 ਪੰਜਾਬ।